ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੀ ਮੌਤ ਦੇ ਬਾਅਦ ਭਾਜਪਾ ਨੇ ਸਵਰਨ ਸਲਾਰੀਆ ਨੂੰ 2017 ਉਪ ਚੋਣਾਂ ਵਿੱਚ ਉਤਾਰਿਆ ਸੀ। ਦੂਜੇ ਪਾਸੇ ਤੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਸਨ ਜਿਨ੍ਹਾਂ ਤੋਂ ਸਵਰਨ ਸਲਾਰੀਆ ਹਾਰ ਗਏ ਸਨ। ਇਸ ਮੌਕੇ 'ਤੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਵਰਨ ਸਲਾਰੀਆ ਦੇ ਖਿਲਾਫ਼ ਕਾਫ਼ੀ ਉਲਟਾ ਪ੍ਰਚਾਰ ਕੀਤਾ ਸੀ, ਜਿਸ ਦੇ ਬਾਅਦ ਸਵਰਨ ਸਲਾਰੀਆ ਨੇ ਦੋਵੇਂ ਕਾਂਗਰਸੀ ਨੇਤਾਵਾਂ 'ਤੇ 100-100 ਕਰੋੜ ਰੁਪਏ ਦਾ ਮਾਣ ਹਾਨੀ ਦਾ ਦਾਅਵਾ ਪਠਾਨਕੋਟ ਅਦਾਲਤ ਵਿੱਚ ਕੀਤਾ ਸੀ, ਜਿਸ ਨੂੰ ਲੈ ਕੇ ਕੋਰਟ ਵੱਲੋਂ ਤਰੀਕਾਂ ਪੈ ਰਹੀਆਂ ਹਨ। ਇਸੇ ਨੂੰ ਲੈ ਕੇ ਅਦਾਲਤ ਵਿੱਚ ਅੱਜ ਸਵਰਨ ਸਲਾਰੀਆ ਪੁੱਜੇ। ਦੇਖੋ, ਅਗਰ ਯਾਦ ਹੋਏਗਾ 2017 ਵਿੱਚ ਜਦੋਂ ਅਸੀਂ ਗੁਰਦਾਸਪੁਰ ਲੋਕ ਸਭਾ ਦੇ ਬਾਈ ਇਲੈਕਸ਼ਨ ਹੋਈ, ਨਵਜੋਤ ਸਿੰਘ ਸਿੱਧੂ ਜਿਹੜੇ ਸਾਡੇ ਪ੍ਰੈਜ਼ੀਡੈਂਟ ਸ਼ੋ ਕਾਲ ਪਾਵਰ ਮਿਨਿਸਟਰ ਹੈਗੇ ਨੇ ਪੰਜਾਬ ਗਵਰਨਮੈਂਟ ਦੇ, ਅਤੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ, ਦੋਨਾਂ ਨੇ ਇਲੈਕਸ਼ਨ ਦੇ ਦੌਰਾਨ ਮੇਰੇ ਬਾਰੇ 'ਚ ਉਲਟੀਆਂ ਸਿੱਧੀਆਂ ਸਟੇਟਮੈਂਟਾਂ ਦਿੱਤੀਆਂ ਸੀਗੀਆਂ ਕਿ ਸਲਾਰੀਆ ਸਾਹਿਬ ਦੇ ਉੱਤੇ ਇਹ 376 ਦਾ ਕੇਸ ਹੈਗਾ, ਜਦੋਂ ਕਿ ਹਿੰਦੁਸਤਾਨ 'ਚ ਕਿਤੇ ਵੀ ਇੱਦਾਂ ਦਾ ਕੋਈ ਕੇਸ ਸਵਰਨ ਸਲਾਰੀਆ 'ਤੇ ਨਾ ਕਦੇ ਥਾ ਨਾ ਹੈ ਨਾ ਕਦੇ ਹੋਏਗਾ। ਉਸ ਕੇਸ ਵਕਤ ਨੂੰ ਲੈ ਕੇ ਅਸੀਂ ਕੋਰਟ 'ਚ ਆਏ ਤੇ ਉਹਨਾਂ 'ਤੇ ਡਿਫਾਮੇਸ਼ਨ ਕੇਸ ਫਾਈਲ ਕੀਤਾ ਸੀਗਾ। ਜੱਜ ਸਾਹਿਬ ਨੇ ਸਾਰੇ ਐਵੀਡੈਂਸ ਲੈ ਕੇ ਰਿਕਾਰਡ ਕਰਕੇ ਨੈਕਸਟ ਡੇਟ 'ਤੇ ਕੋਰਟ ਵਿਲ ਟੇਕ ਐਕਸ਼ਨ ਫੋਰ ਸਮਨਿੰਗ ਹਿਮ, ਕਿਉਂਕਿ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ ਜੀ ਦੋਨਾਂ ਨੂੰ ਲੈਟਰ ਇਸ਼ੂ ਕੀਤੇ ਤੇ ਮਾਫ਼ੀ ਮੰਗਣ ਵਾਸਤੇ। ਮੇਰਾ ਖਿਆਲ ਹੈ ਉਹਨਾਂ ਨੂੰ ਟਾਈਮ ਹੈ ਨਹੀਂ ਇਹ ਕੋਈ ਵੀ ਜਵਾਬ ਦੇਣ ਵਾਸਤੇ, ਹੁਣ ਕੋਰਟ ਉਹਨਾਂ ਨੂੰ ਜਵਾਬ ਦੇਗਾ। ਔਰ ਮੈਂ ਯਕੀਨ ਨਾਲ ਕਹਿ ਸਕਦਾ ਕਿ ਜਿਹੜੀ ਉਹਨਾਂ ਦੀ ਸਟੇਟਮੈਂਟ ਸੀਗੀ, ਇੱਕ ਰਿਸਪੋਂਸੀਬਲ ਮਿਨਿਸਟਰ ਹੋਣ ਦੇ ਨਾਤੇ ਉਹ ਨਹੀਂ ਠੀਕ, ਬਿਲਕੁਲ ਗਲਤ ਸੀਗੀ। ਕਿਉਂਕਿ ਜਦੋਂ ਤੁਸੀਂ ਓਥ ਲੈਂਦੇ ਹੋ, ਇਹ ਕਹਿੰਦੇ ਹੋ ਕਿ ਮੈਂ ਕੋਈ ਕੰਮ ਇੱਦਾਂ ਦਾ ਨਹੀਂ ਕਰਾਂਗਾ ਜਿਹੜਾ ਪਬਲਿਕ ਦੇ ਅਗੇਂਸਟ ਹੋਏ, ਟੂ ਮਿਸਲੀਡ। ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਇਹ ਸਾਰੀ ਸਟ੍ਰੈਟਜੀ ਕੀਤੀ, ਇਲੈਕਸ਼ਨ ਤੁਸੀਂ ਜਿੱਤ ਗਏ, ਲੇਕਿਨ ਹੁਣ ਤੁਸੀਂ ਫੇਸ ਕਰੋ। ਮੇਰਾ ਖਿਆਲ ਹੈ ਕਾਫੀ ਟਾਈਮ ਹੋ ਗਿਆ, ਅਗਲੀ ਡੇਟ 'ਤੇ ਸਾਰੀ ਕੋਰਟ ਦੀ ਕਾਰਵਾਈ ਪੂਰੀ ਹੋ ਜਾਏਗੀ ਔਰ ਫਿਰ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਔਰ ਨਵਜੋਤ ਸਿੰਘ ਸਿੱਧੂ ਸਾਹਿਬ ਇਹ ਜਵਾਬ ਦੇਣਗੇ ਜਿਹੜੀ ਉਹਨਾਂ ਨੇ ਮੇਰੇ ਅਗੇਂਸਟ ਐਲੀਗੇਸ਼ਨ ਲਗਾਈਆਂ ਸੀਗੀਆਂ। ਸੀ ਡੈਫਾਮੇਸ਼ਨ ਕੇਸ ਮੈਨੂੰ, ਮੈਂ ਪੈਸੇ ਲੈਣ ਵਾਸਤੇ ਨਹੀਂ ਕੀਤਾ ਕਿ ਮੇਰਾ ਕੋਈ ਪੈਸੇ ਲੈਣ ਦਾ ਇੰਟਰਸਟ ਹੈ, ਟੂ ਪੈਨਲਾਈਜ਼ ਦੈਮ। ਇਹ ਤਾਂ ਆਪ ਨੂੰ, ਅਸੀਂ 100 ਕਰੋੜ 'ਤੇ ਵੀ ਜਾਣਦੇ, ਲੇਕਿਨ 100 ਕਰੋੜ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਕਿੱਥੋਂ ਦੇਣਗੇ? ਇਹਨਾਂ ਨੂੰ ਇੱਕ ਇੱਦਾਂ ਦਾ ਇਹਨਾਂ ਵਾਸਤੇ ਇੱਕ ਲੈਸਨ ਹੋਣਾ ਚਾਹੀਦਾ ਕਿ ਦੁਬਾਰਾ ਇੱਕ ਅਨਰੀਜ਼ਨੇਬਲ, ਇੱਕ ਬਗੈਰ ਸੋਚੀ ਸਮਝੀ ਕੋਈ ਗੱਲ ਦੇ ਨਾ ਜਾਣ ਦੇ ਬਾਰੇ 'ਚ ਕੋਈ ਸਟੇਟਮੈਂਟ ਕਿਸੇ ਵੀ ਪੋਲੀਟੀਕਲ ਲੀਡਰ ਦੇ ਬਾਰੇ 'ਤੇ ਵਿੱਚ ਨਾ ਦੇਣ, ਨਾ ਕਿਸੇ ਪਬਲਿਕ ਦੇ ਬਾਰੇ 'ਚ ਦੇਣ, ਇੱਕ ਪਨਿਸ਼ਮੈਂਟ ਦੇ ਤੌਰ 'ਤੇ, ਤਾਂ ਕਿ ਇਹਨਾਂ ਨੂੰ ਆਉਣ ਵਾਲੇ ਟਾਈਮ 'ਤੇ ਕੋਈ ਗਲਤ ਕੰਮ ਨਾ ਕਰਨ। ਇਹ ਉਹਦੇ ਵਾਸਤੇ ਅਸੀਂ ਕੋਰਟ 'ਚ ਆਏ ਸੀਗੇ। ਪੈਸੇ ਲੈਣ ਦਾ ਕੋਈ ਇੰਟਰਸਟ ਨਹੀਂ ਹੈ, ਲੇਕਿਨ ਇਹਨਾਂ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਹੈ, ਇਹ ਸਾਡਾ ਸਭ ਤੋਂ ਵੱਡਾ ਇੰਟਰਸਟ ਹੈ। ਔਰ ਮੇਰਾ ਖਿਆਲ ਹੈ ਜਸਟਿਸ ਹੋਏਗਾ, ਉਹ ਬਹੁਤ ਜਲਦੀ ਹੋਏਗਾ। ਅਗਲੀ ਡੇਟ 'ਤੇ ਤੁਹਾਨੂੰ ਕੋਰਟ ਇਹ ਸੰਬੰਧ ਇਹਨਾਂ ਨੂੰ ਇਸ਼ੂ ਹੋ ਜਾਣਗੇ, ਉਹਦੇ ਬਾਅਦ 'ਚ ਕੀ ਰਿਪਲਾਈ ਦਿੰਦੇ ਨੇ, ਜਦੋਂ ਕੇਸ ਹੀ ਹੈ ਨਹੀਂ ਤਾਂ ਰਿਪਲਾਈ ਕੀ ਦੇਣਾ? ਉਹ ਜੇਲ੍ਹ ਜਾਣਗੇ, ਹੋਰ ਕੁਛ ਨਹੀਂ ਹੋ ਸਕਦਾ।